ਇਹ ਦੋਸਤੋ ਇਹ ਉਹ ਸੱਜਣ ਆ ਸਰ ਪਲੀਜ਼ ਨੋ 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 ਸਰ ਪਲੀਜ਼ ਲਓ ਪੈਸੇ ਦਿਓ ਪਹਿਲਾਂ ਪੈਸੇ ਖੜੋ ਇੱਥੇ ਆਰਾਮ ਨਾਲ ਸਰ ਆਰਾਮ ਨਾਲ ਖੜੋ ਇਸ ਕਿਸਾ ਸੀ ਪਲੀਜ਼ ਨਾਲ ਆਈਏ ਖੜ ਜਾਓ ਆਰਾਮ ਨਾਲ ਸਰ ਪਲੀਜ਼ ਆਰਾਮ ਨਾਲ ਖੜ ਜਾਓ ਮੈਂ ਮਾਫੀ ਮੰਗ ਲਈ ਛੱਡ ਦਾਂਗੇ ਤੁਹਾਨੂੰ ਤੁਸੀਂ ਰੀਗਰੈਟ ਕਰਦੇ ਹੋ ਨਹੀਂ ਰੀਗਰੈਟ ਕਰਦੇ ਹੋ ਬੰਟੀ ਪਿੱਛੇ ਰੀਗਰੈਟ ਕਰਦੇ ਹੋ ਕਿੱਡੀ ਵੱਡੀ ਸਰ ਨੇ ਕਿਸੇ ਨੇ ਪੁੱਛੋ ਮੈਂ ਇੱਕ ਮਿੰਟ ਪਹਿਲਾਂ ਲਿਸਨ ਮੀ ਸੌਰੀ ਲੈਟ ਮੀ ਕੰਪਲੀਟ ਦੈਨ ਮੈਨੂੰ ਰਿਪਲਾਈ ਕਰਿਓ ਸਰ ਮੈਂ ਮਾਫੀ ਮੰਗਦਾ ਮੈਂ ਮੰਨ ਲਈ ਤੁਸੀਂ ਐਦਾਂ ਨਾ ਕਰੋ ਤੁਸੀਂ ਆਫੀਸਰ ਹੋ ਐਡੀਸ਼ਨਲ ਡਾਇਰੈਕਟਰ ਲੇਬਰ ਫੈਕਟਰੀ ਇੱਕ ਮਿੰਟ ਸੁਣਦਾ ਲਓ ਮਾਫੀ ਮੰਗੋਗੇ ਮੈਂ ਛੱਡਤਾ ਤੁਹਾਨੂੰ ਗਾਂ ਤੋਂ ਰਿਸ਼ਵਤਖੋਰੀ ਨਹੀਂ ਕਰੋ ਕਹੋ ਸੌਰੀ ਕਹੋ ਸਾਰਿਆਂ ਨੂੰ ਸਾਰਿਆਂ ਦੇ ਸਾਹਮਣੇ ਸੌਰੀ ਪਲੀਜ਼ ਤੁਹਾਨੂੰ ਮੈਂ ਇੱਕ ਦਿਨ ਕਾਲ ਕੀਤਾ ਸੀ ਵੀ ਤੁਸੀਂ ਸਾਡੇ ਲੁਧਿਆਣੇ ਦੇ ਇੰਡਸਟਰੀ ਵਿੱਚ ਨੂੰ ਲੁੱਟ ਰਹੇ ਹੋ ਬਿਲਕੁਲ ਨਹੀਂ ਮੈਂ ਕੀਤਾ ਸੀ ਮੈਂ ਕਾਲ ਸਰ ਸੌਰੀ ਮੈਂ ਪਹਿਲਾਂ ਦੱਸੋ ਮੈਂ ਕਾਲ ਕੀਤਾ ਸੀ ਕੀਤਾ ਸੌਰੀ ਮੈਂ ਪਰ ਤੁਸੀਂ ਹਟੇ ਨਹੀਂ ਮੈਂ ਕਦੀ ਨਹੀਂ ਇਹਨਾਂ ਨੇ ਆਪਣੇ ਦਿੱਤੇ ਮੈਂ ਨਹੀਂ ਮੰਗੇ ਆਪਣੇ ਤੁਸੀਂ ਖੁਸ਼ ਰਹੇ ਹੋ ਜਾਂ ਭਾਂਡੋ ਵੀ ਤੁਹਾਨੂੰ ਵਧਾਈ ਚਾਹੀਦੀ ਹੈ ਸਰ ਮੈਂ ਕਾਨੀ ਪਾ ਕਰਕੇ ਮਾਫੀ ਮੰਗਦਾ ਵੈਰੀ ਬੈਡ ਬ੍ਰਦਰ ਵੈਰੀ ਬੈਡ ਸੈਲਰੀ ਬੋਲੋ ਕਿੰਨੀ ਹੈ ਸੈਲਰੀ 1.5 ਲੱਖ ਡੇਢ ਲੱਖ ਰੁਪਈਆ ਸੈਲਰੀ ਵਾਲਾ ਮਾਈ ਗੋਡ ਮਾਈ ਗੋਡ ਮਾਈ ਗੋਡ ਇਸ ਵੈਰੀ ਬੈਡ ਯਾਰ ਅੱਛਾ ਰਿਟਾਇਰਮੈਂਟ ਚ ਕਿੰਨੀ ਦੇਰ ਰਹਿੰਦੀ ਹੈ ਬਸ ਰਿਟਾਇਰ ਹੋ ਗਿਆ ਕਿੰਨੇ ਦਿਨ ਰਹਿੰਦੇ ਆ ਰਿਟਾਇਰਮੈਂਟ ਐਕਸਟੈਂਸ਼ਨ ਤੇ ਆਣਾ ਬੱਚਾ ਐਕਸਟੈਂਸ਼ਨ ਤੇ ਉਹ ਸ਼ਰਮ ਨਹੀਂ ਆਉਂਦੀ ਤੁਹਾਨੂੰ ਮਾਫੀ ਮੰਗ ਲਈ ਸ਼ਰਮ ਨਹੀਂ ਆਉਂਦੀ ਪੂਰੇ ਲੁਧਿਆਣੇ ਪੁੱਛਣਾ ਮੈਂ ਕਦੇ ਕਿਸੇ ਨੂੰ ਤਾਂ ਕੀਤਾ ਮੈਂ ਤੁਹਾਨੂੰ ਕਾਲ ਕੀਤਾ ਸੀ ਅੱਜ ਤੋਂ ਤਕਰੀਬਨ 2 ਮਹੀਨੇ ਪਹਿਲਾਂ ਬਿਲਕੁਲ ਨਹੀਂ ਮੈਂ ਮੇਰੀ ਗੱਲ ਮੈਨੂੰ ਜਵਾਬ ਦੇ ਦਿਓ ਮੈਂ ਮੰਨ ਲਈ ਗੱਲ ਮੈਂ ਮੰਨ ਲਈ ਤੁਸੀਂ ਮੇਰੀ ਗੱਲ ਸੁਣ ਲਓ ਪਲੀਜ਼ ਸਰ ਮੈਂ ਮੰਨ ਲਈ ਗੱਲ ਤੁਹਾਡੀ ਮੈਂ ਤੁਹਾਨੂੰ ਕਾਲ ਕੀਤੀ ਕਿ ਸਰ ਤੁਹਾਡਾ ਬਹੁਤ ਵੱਡਾ ਅਹੁਦਾ